ਹੈਲੋ ਫਰੈਂਡਸ, ਕੀ ਹਾਲ ਆ ਸਭ ਦਾ? ਠੀਕ ਠਾਕ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਆਪਣਾ ਮਿਊਜ਼ਿਕ ਸਟੂਡੀਓ ਬਣਾ ਰਿਹਾ ਸੀ ਆਪਣੇ ਘਰ 'ਚ ਹੀ ਐਟ ਹੋਮ, ਅਤੇ ਹੁਣ ਲਗਭਗ ਸਾਰਾ ਬਣ ਚੁੱਕਿਆ ਆਪਣਾ ਵੋਕਲ ਬੂਥ, ਸਟੂਡੀਓ ਬਣ ਚੁੱਕਿਆ, ਸਾਰੇ ਕੰਪਿਊਟਰ ਟੋਟਲੀ ਮੈਕ ਦੇ ਨਾਲ ਸਭ ਕੁਛ ਆ ਗਿਆ। ਅਤੇ ਚਲੋ ਤੁਹਾਨੂੰ ਇੱਕ ਵਾਰੀ ਇਹ ਸੈਰ ਕਰਾਉਣਾ ਆਪਣੇ ਸਟੂਡੀਓ ਦੀ, ਅਤੇ ਬਜਟ 'ਚ ਹੀ ਬਣ ਗਿਆ ਸਾਰਾ, ਮੈਂ ਤੁਹਾਨੂੰ ਦਿਖਾਉਣਾ। ਅਤੇ ਆਹ ਅਕੌਸਟਿਕ ਫੋਮ ਆ ਜਿਹੜੀ ਆਪਾਂ ਦੀਵਾਰਾਂ 'ਤੇ ਲਾਈ ਹੋਈ ਆ, ਆਪਣਾ ਮੈਕ ਅਤੇ ਆਪਣਾ ਸਟੈਂਡ ਕੰਪਿਊਟਰ ਪੀ ਸੀ ਸੋਫਟਵੇਅਰ, ਜਿਸ ਮੈਂ ਆਪਣਾ ਪ੍ਰੋਜੈਕਟ ਤਿਆਰ ਕਰ ਰਿਹਾ ਇੱਕ ਮੇਰੇ ਨਾਲ ਦੇ ਦਾਈ, ਅਤੇ ਉਹ ਹੁਣ ਜਿੱਦਣ ਉਹਨੂੰ ਛੁੱਟੀ ਹੋਊਗੀ ਉੱਦਣ ਆਊ ਮੇਰੇ ਕੋਲ, ਉੱਦਣ ਅਸੀਂ ਫਿਰ ਕੰਪਲੀਟ ਕਰ ਲਾਂਗੇ ਆਪਣੇ ਨੂੰ। ਅਤੇ ਆਹ ਵੋਕਲ ਬੂਥ ਆ, ਵੋਕਲ ਬੂਥ ਅੰਦਰ ਬਾਹਰ ਇਹਦੇ ਅਕੌਸਟਿਕ ਫੋਮ ਲਾਤੀ ਸੀਗੀ ਅਤੇ ਡਿਜ਼ਾਇਨ ਬਣਾਏ ਹੋਏ ਨੇ, ਅਤੇ ਅੰਦਰ ਉਹ ਦਿਖਾ ਦਿੰਦਾ ਤੁਹਾਨੂੰ ਮੈਂ। ਅੰਦਰ ਲਾਈਟ ਲਾਈ ਹੋਈ ਆ ਅਤੇ ਆਪਣਾ ਸਾਰਾ ਹੀ ਵਧੀਆ ਬਣ ਗਿਆ ਵੋਕਲ ਬੂਥ ਵੀ। ਹੁਣ ਬਹੁਤ ਹੀ ਜਲਦੀ ਤੁਹਾਡੇ ਕੋਲ ਨਵੇਂ ਨਵੇਂ ਆਪਣੇ ਪ੍ਰੋਜੈਕਟ ਲੈ ਕੇ ਆਵਾਂਗੇ। ਅਤੇ ਹਜੇ ਇੰਨਾ ਜਾਣੀ ਮਿਊਜ਼ਿਕ ਆਉਂਦਾ ਨਹੀਂ, ਸਿੱਖ ਰਹੇ ਹਾਂ, ਪਰ ਜਿੰਨਾ ਵੀ ਸਿੱਖ ਰਹੇ ਹਾਂ ਆਪਣਾ ਪੂਰਾ ਦਿਲ ਲਾ ਕੇ ਸਿੱਖ ਰਹੇ ਹਾਂ। ਜਿਵੇਂ ਜਿਵੇਂ ਸਾਨੂੰ ਨੌਲੇਜ ਮਿਲ ਜਾਂਦੀ ਹੈ ਉਵੇਂ ਅਸੀਂ ਉਹਨੂੰ ਆਪਣੇ ਸੋਫਟਵੇਅਰ 'ਚ ਵਰਤੀ ਜਾਂਦੇ ਹਾਂ, ਨਵੇਂ ਨਵੇਂ ਗਾਣੇ ਬਣਾਈ ਜਾਂਦੇ ਹਾਂ। ਫਿਲਹਾਲ ਥੋੜ੍ਹੇ ਜਿਹੇ ਬਣਾਏ ਨੇ, ਮਤਲਬ ਜਿਵੇਂ ਡੈਮੋ ਦੇ ਟਾਈਪ ਹੁੰਦਾ ਮਿਊਜ਼ਿਕ ਚਲਾ ਕੇ, ਠੀਕ ਆ ਗਾਉਣਾ। ਹੁਣ ਇੱਕ ਪ੍ਰੋਫੈਸ਼ਨਲ ਤਿਆਰ ਕਰ ਰਿਹਾ ਸੌਂਗ ਆਪਣੇ ਟੀਮ ਮੈਂਬਰ ਦਾ ਹੀ ਕਰ ਰਿਹਾ, ਵੀ ਪਹਿਲਾਂ ਅਸੀਂ ਆਪਦਾ ਬਣਾਈਏ, ਠੀਕ ਆ। ਸਿੱਖ ਵੀ ਅਸੀਂ ਯੂਟਿਊਬ ਤੋਂ ਰਹੇ ਹਾਂ, ਜੇ ਤੁਸੀਂ ਇੱਕ ਵਾਰੀ ਗੱਲ ਠਾਣ ਲਈ ਵੀ ਅਸੀਂ ਇਹ ਕਰ ਸਕਦੇ ਹਾਂ, ਤੁਸੀਂ ਕੁਛ ਵੀ ਕਰ ਸਕਦੇ ਹੋ। ਹੁਣ ਮੈਂ ਵੀ, ਮੈਨੂੰ ਕੁਛ ਨਹੀਂ ਆਉਂਦਾ ਸੀਗਾ ਸੋਫਟਵੇਅਰ ਦਾ, ਅਤੇ ਸੋਫਟਵੇਅਰ ਮੈਂ ਆਪਣਾ ਯੂਟਿਊਬ ਤੋਂ ਦੇਖਿਆ, ਐਫ ਐਲ ਸਟੂਡੀਓ ਮੇਰੇ ਕੋਲ ਕਰੈਕ ਵਰਜ਼ਨ ਆ, ਅਤੇ ਜਾਣੀ ਅੱਗੇ ਲੈ ਲੂੰਗਾ ਵਧੀਆ। ਪਰ ਜਦ ਤੱਕ ਮੈਨੂੰ ਪੂਰਾ ਨਹੀਂ ਆਉਂਦਾ ਉਦ ਤੱਕ ਮੈਂ ਇਹ 'ਤੇ ਹੀ ਕੰਮ ਕਰੂੰਗਾ, ਅਤੇ ਯੂਟਿਊਬ ਤੋਂ ਦੇਖ ਦੇਖ ਕੇ ਮੈਂ ਸਿੱਖ ਰਿਹਾ ਵਾਂ ਇਹਨੂੰ, ਅਤੇ ਆਪਣਾ ਕਾਫੀ ਕੁਛ ਪਤਾ ਲੱਗ ਗਿਆ। ਅਤੇ ਹੁਣ ਇੱਕ ਸੌਂਗ ਤਿਆਰ ਕਰ ਰਹੇ ਹਾਂ, ਸੌਂਗ ਤੁਹਾਡੇ ਨਾਲ ਸ਼ੇਅਰ ਕਰਾਂਗੇ, ਫਿਰ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ। ਧੰਨਵਾਦ ਜੀ।